ਇੱਥੋਂ ਦੇ ਲੋਕਾਂ ਨੇ ਵੋਟਾਂ ਕਿਹਨੂੰ ਪਾਈਆਂ ਸੀਗੀਆਂ? ਇੱਕ ਖਾਸ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਇੰਨੇ ਬੰਦਿਆਂ ਨਾਲ ਤੁਸੀਂ ਧੱਕਾ ਕਰੋਗੇ? ਵਰਨਾ ਇਹਨਾਂ ਨੇ ਵੋਟਾਂ ਪਾਈਆਂ ਯਾਰ, ਤੁਹਾਡਾ MLA ਆ ਕੇ ਇੱਥੇ ਕਹਿ ਦਿੰਦਾ ਮੇਰੇ ਵੱਸ ਕੁਛ ਨਹੀਂ। ਮਿਨਿਸਟਰ ਕਿਉਂ ਬਣੇ, ਚੀਫ ਮਿਨਿਸਟਰ ਕਿਉਂ ਬਣੇ ਹੋ ਜੇ ਤੁਹਾਡੇ ਵੱਸ ਨਹੀਂ? ਤਾਂ ਕਰ ਰਹੇ ਸੀ ਹੁਣੇ ਕਿ ਪੋਲਿਊਸ਼ਨ ਬੋਰਡ ਨੇ ਐਂ ਕਹਿਤਾ ਜਾਂ ਹਾਈ ਕੋਰਟ ਆ ਕਰ ਰਿਹਾ। ਇੱਥੋਂ ਦੇ ਲੋਕਾਂ ਨੇ ਵੋਟਾਂ ਕਿਹਨੂੰ ਪਾਈਆਂ ਸੀਗੀਆਂ? ਸਰਕਾਰ ਨੂੰ ਪਾਈਆਂ ਸੀ। ਜੇ ਇੱਥੇ 50-60 ਪਿੰਡ ਨੁਕਸਾਨੇ ਜਾ ਰਹੇ, ਨਸਲ ਔਰ ਫਸਲ ਦਾ ਨੁਕਸਾਨ ਹੋ ਰਿਹਾ ਦੋਨਾਂ ਚੀਜ਼ਾਂ ਦਾ, ਤਾਂ ਕੀ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਸੀ ਕਿ ਹੁਣ ਤੱਕ ਆਪਦੀ ਇੱਕ ਕਮੇਟੀ ਬਣਾਈ ਹੁੰਦੀ ਜਿਹਦੇ 'ਚ ਇੱਥੋਂ ਵਾਲੀ ਕਮੇਟੀ ਦੇ ਮੈਂਬਰ ਲਏ ਹੁੰਦੇ, ਪਾਣੀ ਚੈੱਕ ਖੁਦ ਕੀਤਾ ਹੁੰਦਾ ਆਪਦੀਆਂ ਲੈਬੋਰਟਰੀਜ਼ ਦੇ ਵਿੱਚ, ਕੀ ਉਹਦਾ ਫਰਜ਼ ਨਹੀਂ ਬਣਦਾ ਸੀ? ਨਹੀਂ ਕੀਤਾ ਗਿਆ। ਕਿਉਂ ਨਹੀਂ ਕੀਤਾ ਜਾ ਰਿਹਾ? ਕਿਤੇ ਹਾਈ ਕੋਰਟ ਦੀ ਆੜ 'ਚ, ਕਿਤੇ ਗ੍ਰੀਨ ਟ੍ਰਿਬਿਊਨਲ ਦੀ ਆੜ 'ਚ ਫੈਕਟਰੀ ਨੂੰ ਕੰਟੀਨਿਊ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹਦੇ ਪਿੱਛੇ ਰੀਜ਼ਨ ਕੀ ਹੈ? ਜਿਵੇਂ ਲੱਖੇ ਨੇ ਕਿਹਾ, ਦਿੱਲੀ ਤੋਂ ਚੱਲ ਰਿਹਾ ਮਾਮਲਾ। ਦਿੱਲੀ ਤੋਂ ਕਿਉਂ ਚੱਲ ਰਿਹਾ? ਕਿਉਂਕਿ ਦਿੱਲੀ ਦੇ ਵਿੱਚ ਪਾਰਟਨਰਸ਼ਿਪ ਠੇਕਿਆਂ ਦੀ, ਠੇਕਿਆਂ ਦੇ ਕੇਸ ਹੋ ਰਹੇ ਨੇ ਉੱਥੇ ਸ਼ਰਾਬ ਨਾਲ ਜੋੜ ਕੇ। ਉਹ ਕੇਸਾਂ ਤੋਂ ਸਾਡੇ ਨਾਲ ਇਹ ਬਣਿਆ ਰਹੇ ਬੰਦਾ, ਇਸ ਲਈ ਉਹਨੂੰ ਇੱਥੇ ਫਾਇਦਾ ਪਹੁੰਚਾਇਆ ਜਾ ਰਿਹਾ। ਇਹ ਸਿੱਧੀ ਜੀ ਗੱਲ ਹੈ। ਵਰਨਾ ਇੰਨੇ ਪਿੰਡ ਹੋਣ ਜਿਹੜੇ ਕਿ ਸੋ ਕਾਲਡ ਆਮ ਆਦਮੀ ਤਾਂ ਇਹ ਨੇ, ਆਮ ਆਦਮੀ ਪਾਰਟੀ ਸੋ ਕਾਲਡ ਵਾਲੀ ਹੈ ਜੀ, ਇੱਕ ਖਾਸ ਬੰਦੇ ਨੂੰ ਫਾਇਦਾ ਪਹੁੰਚਾਉਣ ਲਈ ਇੰਨੇ ਬੰਦਿਆਂ ਨਾਲ ਤੁਸੀਂ ਧੱਕਾ ਕਰੋਗੇ? ਕੋਈ ਤਾਂ ਰੀਜ਼ਨ ਹੋਊਗਾ, ਆਹੀ ਰੀਜ਼ਨ ਹੈ। ਵਰਨਾ ਇਹਨਾਂ ਨੇ ਵੋਟਾਂ ਪਾਈਆਂ ਯਾਰ, ਤੁਹਾਡਾ MLA ਆ ਕੇ ਇੱਥੇ ਕਹਿ ਦਿੰਦਾ ਮੇਰੇ ਵੱਸ ਕੁਛ ਨਹੀਂ, ਤਾਂ MLA ਕਿਉਂ ਬਣੇ ਹੋ ਭਾਈ? ਮਿਨਿਸਟਰ ਕਿਉਂ ਬਣੇ, ਚੀਫ ਮਿਨਿਸਟਰ ਕਿਉਂ ਬਣੇ ਹੋ ਜੇ ਤੁਹਾਡੇ ਵੱਸ ਨਹੀਂ? ਤਾਂ ਕਾਰਨ ਕੀ ਹੈ ਇਹਦਾ? ਕਾਰਨ ਆਹੀ ਹੈ ਕਿ ਮਿਲੀ ਭੁਗਤਾ ਹੈ ਔਰ ਲੋਕਾਂ ਨੂੰ ਇਕਜੁੱਟ ਹੋ ਕੇ ਇਸ ਚੀਜ਼ ਨੂੰ ਪਲਟ। ਭਗਵੰਤ ਮਾਨ ਸਾਹਿਬ ਆਉਂਦੇ ਸਰ, ਸ਼ਰਾਬ ਸਸਤੀ ਕਰ ਦਿੰਦੇ ਨੇ, ਉਹਨੂੰ ਕਿਵੇਂ ਵੇਖਦੇ ਜੀ? ਕਰ ਲਓ, ਅਸੀਂ ਨਹੀਂ ਆਉਂਦੇ ਸ਼ਰਾਬ ਸਸਤੀ ਨੂੰ, ਮਹਿੰਗੀ ਰੱਖਣ ਸਸਤੀ ਕਰਨ, ਪਰ ਕਮ ਸੇ ਕਮ ਪਾਣੀ ਤਾਂ ਪਾਣੀ ਰਹਿਣ ਦੇਣ। ਉਹ ਪਾਣੀ ਨੂੰ ਤਾਂ ਸ਼ਰਾਬ ਨਾ ਬਣਾਉਣ। ਲਾਹਣ ਅਰਗਾ ਪਾਣੀ ਨਿਕਲਿਆ ਮਹੀਆਂ ਵਾਲੇ ਜੀ, ਲਾਹਣ ਅਰਗਾ ਪਾਣੀ, ਹੁਣੇ ਪਾਣੀ ਵਿਖਾਇਆ ਉੱਥੇ ਚੱਕ ਕੇ, ਐਡਾ ਗੰਦਾ ਪਾਣੀ ਆ। ਸ਼ਰਾਬ ਦੀ ਬਜਾਏ ਮਾਨ ਹੈ ਤੁਸੀਂ ਇਦੂ ਵੀ ਡਬਲ ਸਸਤੀ ਕਰ ਦਿਓ, ਸਾਨੂੰ ਨਹੀਂ ਮਸਲਾ। ਸਾਨੂੰ ਮਸਲਾ ਜੇ ਸਾਡੇ ਪਾਣੀ ਨੂੰ ਸ਼ਰਾਬ ਬਣਾ ਦਿਓਗੇ ਤਾਂ, ਪਾਣੀ ਨੂੰ ਪਾਣੀ ਰਹਿ ਦਿੰਦੇ ਹੋ। ਉਹ ਪਾਣੀ ਜਿਹੜੇ ਡਾਕਟਰ ਸਾਹਿਬ ਨੇ ਉੱਥੇ ਗੱਲ ਕੀਤੀ ਸੀ, ਉਹਨੇ ਨਾਦਰ ਸ਼ਾਹ ਨੇ ਚਾ ਕੇ, ਨਾਦਰ ਸ਼ਾਹ ਨੇ ਚਾ ਕੇ ਪੀਤਾ ਸੀ ਨਾ, ਔਰ ਕਿਹਾ ਸੀ ਇਹੋ ਜਿਹੇ ਪਾਣੀ ਦਾ ਸਵਾਦ ਨਹੀਂ ਮੈਂ ਵੇਖਿਆ ਕਿਤੇ। ਇਹ ਉਹ ਪੰਜ ਦਰਿਆਵਾਂ ਦਾ ਪਾਣੀ ਸੀ ਜਿਹਨੂੰ ਪੀਓ ਅਤੇ ਡੰਡ ਮਾਰੋ ਸਿਹਤ ਬਣ ਜਾਂਦੀ ਸੀ, ਹੁਣ ਪੀਓ ਅਤੇ ਕੈਂਸਰ। ਹੁਣ ਨਾਦਰ ਸ਼ਾਹ ਅਜੇ ਮਰਦਾ ਉਹ ਪਾਣੀ ਪੀ ਕੇ ਮਰ ਜੇ, ਆਹ ਲੋੜ ਹੀ ਨਾ ਪਵੇ ਨਾਦਰ ਸ਼ਾਹ ਨੂੰ ਮਾਰਨ ਦੀ, ਪਾਣੀ ਪੀ ਕੇ। ਸਹੀ ਗੱਲ, ਉਹਨਾਂ ਨੇ ਸਾਡੇ ਨਾਲ ਚੰਗਾ ਰਹਿਣ ਵਾਲਿਆਂ ਦਾ। ਲੱਖਾਂ ਦੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ? ਇਹ ਤਾਂ ਸਾਰੇ ਵੀਰਾਂ ਨੇ ਤਕਰੀਬਨ ਭਾਈ ਨੇ ਗੱਲ ਕਲੀਅਰ ਕਰ ਹੀ ਦਿੱਤੀ ਹੈ ਕਿ